आम आदमी पार्टी पंजाब दे जनरल सकत्तर गुरदेव सिंह संधू ने तरन तारण के SDM ते लगाए भ्रष्टाचार के इल्जाम। SDM दफ्तर के बाहर प्रॉपर्टी डीलर वसनीक निवासा नूं लै के SDM दफ्तर के बाहर की नारेबाजी। SDM की जांच लई मुख्यमंत्री नूं चिट्ठी लिख के जांच की मांग की। SDM ने अपने ते लगे सारे आरोपों नूं अनाकारिया है और उस धरने नूं मतलब साढ़े जिहड़े मोहतबर आके उन्होंने SDM साहब आए थे तो उन्होंने खुद जिहड़ा चुकवाया से धरना चुकवाया से, लेकिन अज मेरे ख्याल 10-15 दिन हो गए ये धरना जिहड़ा वा चुकाउण दे बावजूद भी वो काम जिहड़ा नहीं हो सकिया। तो असी अज इस सिलसिले में इकट्ठे हुए हैं कि असी वो जिहड़ी चीज़ आ अपनी छवि जिहड़ी आ वो बरकरार रखनी आ कि असी इन्हां लोकां दे नाल जिहड़ियां मंगां जिहड़ियां मन्नियां गईआं सी उहनां नूं असी चालू करवाउणा वा। सो मैं अपने पार्टी नूं भी और प्रशासन नूं ये कहूँगी कि ये जिहड़ियां मंगां वा तो जल्दी जिहड़ियां मन्नियां जाण असी इन्हां लोकां दे काम करवा सकीए, क्योंकि साडे पार्टी जिहड़ी आ उह इन्हां लोकां दे हक विच काम कर रही है। तो असी अपनी पार्टी नूं भी यही कहांगे कि असी इन्हां दे हक दे विच हर टाइम इन्हां दे नाल खड़े आ। सर इन्हां दीआं ते जदों दी असीं पार्टी विच आए उदों दीआं शिकायतां मिल रही वा, बहुत ही जगह ते शिकायतां वा, पर अज इह जिहड़ी मेन शिकायत है क्योंकि साडे जिन्ने भी जिहड़े प्रॉपर्टी डीलर आ इक रीढ़ दी हड्डी आ, असीं इन्हां दे नाल तां ही खड़े हाँ कि इन्हां दी वजह नाल जिहड़ा प्रशासन विच जिहड़े काम हो रहे आ उह नहीं हो रहे, ते जो कि होणे चाहीदे आ वो काम जिहड़े आ SDM दी वजह दे नाल जिहड़े काम नहीं हो रहे। तो असीं इहो ही कहांगे SDM साहब इन्हां दे काम जिहड़े होणे चाहीदे आ, क्योंकि बाकी शहरां दे बराबर ही इन्हां दे काम होने चाहिए आ, क्योंकि इत्थे कोई एडी कोई स्पैशल चीज़ नहीं हैगी जिहड़ा कि इत्थे वध जिहड़ा परसेंट जिहड़े इत्थे ला के कर रहे जे लोकां नूं जो उन्हां दीआं मंगां मन्नियां जाण। देखो जी विश्वास इक गल होर हुंदी, इक धोखा वक्री गल हुंदी, इन्हां ने कीता धोखा साडे नाल ते इक विश्वास दे नां दे उत्ते सानूं कह के गए आ ਵੀ ਤੁਹਾਨੂੰ ਇਹ ਧਰਨਾ ਜਿਹੜਾ ਚੁੱਕੋ ਅਸੀਂ ਜਿਹੜੇ ਤੁਹਾਡੇ ਜਿੰਨੇ ਵੀ ਮਸਲੇ ਹੱਲ ਆ ਉਹ ਕਰਕੇ ਦੇਵਾਂਗੇ। ਕਲੈਕਟਰੇਟ ਹੋ ਗਿਆ, NOC ਹੋ ਗਈ, ਮੀਟਰ ਹੋ ਗਏ, ਇਹ ਸਾਰੇ ਹੀ ਜਿਹੜੇ ਆ ਅਸੀਂ ਤੁਹਾਡੇ ਜਿਹੜੇ ਮਸਲੇ ਹੱਲ ਕਰਾਂਗੇ। ਉਸ ਤੋਂ ਬਾਅਦ ਅਸੀਂ ਤਕਰੀਬਨ 4-5 ਮੀਟਿੰਗਾਂ ਕਰ ਚੁੱਕੇ ਹਾਂ, ਸਾਡੇ ਨਾਲ ਸੰਧੂ ਸਾਹਿਬ ਵੀ ਗਏ ਸੀਗੇ ਪਰ ਉਹਨਾਂ ਨੇ ਹਾਲੇ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ। ਅੱਜ ਸਾਡੀ ਮੀਟਿੰਗ ਇਸ ਸੰਬੰਧ ਦੇ ਵਿੱਚ ਆ ਵੀ ਅੱਜ ਅਸੀਂ ਇਹਨਾਂ ਨੂੰ ਪੁੱਛਣਾ ਜੇ ਤਾਂ ਕੁਛ ਕਰਦੇ ਠੀਕ ਆ, ਨਹੀਂ ਤਾਂ ਅਸੀਂ ਬੋੜੀ ਚੌਂਕ ਦੇ ਵਿੱਚ ਧਰਨਾ ਲਾਵਾਂਗੇ। ਜਿਸ ਤਰ੍ਹਾਂ ਇੱਥੇ ਚੱਲਿਆ ਸੀ ਧਰਨਾ ਉਸੇ ਤਰ੍ਹਾਂ ਚੱਲੂ ਜਿੰਨੀ ਦੇਰ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ। ਵੇਖੋ ਜੀ ਜੇ ਨਹੀਂ ਮੰਨੀਆਂ ਜਾਂਦੀਆਂ ਅੱਗੇ 3 ਤਹਿਸੀਲਾਂ ਹੀ ਬੰਦ ਕੀਤੀਆਂ ਸੀ, ਤਰਨ ਤਾਰਨ, ਝਬਾਲ, ਭਿੱਖੀ ਪਿੰਡ, ਕੱਲ੍ਹ ਤੋਂ ਅੰਮ੍ਰਿਤਸਰ ਵੀ ਬੰਦ ਹੋ ਰਿਹਾ ਵਾ। ਅਸੀਂ ਤਰਨ ਤਾਰਨ ਜ਼ਿਲ੍ਹਾ ਪੂਰਾ ਜਿਹੜਾ ਉਹ ਬੰਦ ਕਰਾਂਗੇ, ਇਹਦਾ ਜ਼ਿੰਮੇਵਾਰ ਜਿਹੜਾ ਵਾ SDM ਖੁਦ ਹੋਊਗਾ, ਕਿਉਂਕਿ ਸਾਨੂੰ ਲਾਰੇ ਲੱਪੇ ਉਹਨੇ ਲਾਏ, ਹੋਰ ਨਹੀਂ ਕਿਸੇ ਨੇ ਆ ਕੇ ਲਾਏ। ਉਹ ਕਰਕੇ ਅਸੀਂ ADC ਸਾਹਿਬ ਨੂੰ ਮੈਡਮ ਨੂੰ ਭੇਜ ਦਿੱਤਾ ਹੋਵੇ ਅਤੇ ਦੈਨ ਉਹ ਪਬਲਿਸ਼ਰ ਵੀ ਕਰ ਦਿੱਤਾ ਗਿਆ ਹੋਵੇ। ਉਹਦੇ ਵਿੱਚ ਆਪਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਵੀ ਏਰੀਆ ਸ਼ਹਿਰ ਦੇ ਕੋਰ ਏਰੀਆ ਹੈਗਾ, ਜਿਹੜਾ ਕਮੇਟੀ ਦਾ ਕੋਰ ਏਰੀਆ, ਉੱਥੇ ਮਾਲਕੀ ਕਮੇਟੀ ਦਫ਼ਤਰ 'ਚ ਆਲਰੇਡੀ ਚੜ੍ਹੀਏ, ਉੱਥੇ ਤਾਂ NOC ਦੀ ਲੋੜ ਹੀ ਨਹੀਂ ਹੈਗੀ। ਉਹ ਇਹਨਾਂ ਨੂੰ ਸਾਰਿਆਂ ਨੂੰ ਸਪਸ਼ਟ ਵੀ ਕਰਤਾ ਕਿ ਅਨਾਊਂਸ ਵੀ ਕੀਤਾ ਗਿਆ ਸੀਗਾ। ਹਾਂ ਉੱਥੇ ਜਿੱਥੇ ਕਿਤੇ ਮਾਲਕੀ ਕਿ ਕਿਸੇ ਦਾ ਡਿਊਜ਼ ਕੋਈ ਖੜਾ ਹੋਵੇ, ਕਿਤੇ ਬਿਜਲੀ ਦਾ ਬਿੱਲ ਖੜਾ ਹੋਵੇ, ਪਾਣੀ ਦਾ ਬਕਾਇਆ ਖੜਾ, ਜਾਂ ਹੋਰ ਨਕਸ਼ਾ ਪਾਸ ਕਿਸੇ ਤਰ੍ਹਾਂ ਦੀ ਕੋਈ ਫੀਸ ਕਮੇਟੀ ਦੀ ਉਹਦਾ ਪੈਂਡਿੰਗ ਹੈ, ਪ੍ਰੋਪਰਟੀ ਟੈਕਸ ਪੈਂਡਿੰਗ ਹੈਗਾ, ਉਸ ਕੇਸ ਦੇ ਵਿੱਚ ਉਹ ਕਮੇਟੀ ਤੋਂ ਆਪਣਾ NOC ਲੈ ਕੇ NDC ਲੈ ਕੇ, ਨੋਟ NOC, ਨੋ ਡਿਊ ਸਰਟੀਫਿਕੇਟ ਲੈ ਕੇ ਉਹ ਆਪਣੀ ਰਜਿਸਟਰੀ ਕਰ ਸਕਦਾ। ਅਤੇ ਮੰਨ ਲਓ ਜੇ ਕਿਸੇ 10 ਮਰਲੇ ਜ਼ਮੀਨ ਹੈ, 12 ਜ਼ਮੀਨ ਹੈ, ਪਲਾਟ ਹੈਗਾ, ਮਕਾਨ ਹੈ, ਉਹ ਪ੍ਰੋਪਰਟੀ ਦੁਕਾਨਾਂ 4 ਨੇ ਅਤੇ ਉਹਨੇ ਪਹਿਲਾਂ 4 ਦੀ NOC ਲਈ ਹੋਈ ਹੈ ਪੁਰਾਣੇ ਸਮੇਂ ਦੀ, ਅਤੇ ਉਹ 2 ਵੇਚਣਾ ਤਾਂ ਉਹ ਵੇਚ ਸਕਦਾ ਵੀ, ਉਹਦੇ ਵਿੱਚ ਬਾਏ ਪਾਰਟ 'ਚ ਕੋਈ ਕੰਡੀਸ਼ਨ ਨਹੀਂ ਹੈਗੀ। ਤੀਜੀ ਇੱਕ ਜਿਹੜੀ ਇਹਨਾਂ ਦੀ ਮੰਗ ਸੀ ਜਿਹੜੀ ਕੁਲੈਕਟਰ ਰੇਟ ਜਿਹੜੇ ਹੈਗੇ ਉਹ ਰਿਡਿਊਸ ਕਰਨ ਦੇ ਰਿਗਾਰਡਿੰਗ ਸੀ। ਇਹਨਾਂ ਦਾ ਇੱਕ ਮੰਨਣਾ ਕਹਿਣਾ ਸੀਗਾ ਵੀ ਜਿਹੜੇ ਕੁਲੈਕਟਰ ਰੇਟ ਨੇ ਕਿਸੇ ਪਰਸੈਂਟੇਜ ਵਾਈਜ਼ ਕੀਤੇ ਜਾਣ। ਚਲੋ ਜਿਹੜੇ ਕੁਲੈਕਟਰ ਰੇਟ ਜਦੋਂ ਵੀ ਕਿਤੇ ਰਿਵਾਈਜ਼ ਹੁੰਦੇ ਨੇ ਉਹ DC ਸਾਹਿਬ ਦੀ ਆਗਿਆ ਨਾਲ, ਕੋਈ DC ਸਾਹਿਬ ਕੰਪੀਟੈਂਟ ਅਥਾਰਟੀ ਨੇ ਰਿਵਾਈਜ਼ ਕਰਨ ਦੀ, ਤਹਿਸੀਲਦਾਰ ਸਾਹਿਬ ਪ੍ਰਪੋਜ਼ ਕਰਦੇ ਨੇ, ਅਸੀਂ ਉਹਨੂੰ ਫਾਰਵਰਡ ਕਰਦੇ ਹਾਂ ਬਤੌਰ SDM। ਜੋ ਤਹਿਸੀਲਦਾਰ ਸਾਹਿਬ ਨੇ ਸਾਨੂੰ ਫਾਰਵਰਡ ਕੀਤਾ ਐਜ਼ ਪਰ ਡਾਇਰੈਕਸ਼ਨ ਓਨਰੇਬਲ ਡਿਪਟੀ ਕਮਿਸ਼ਨਰ ਉਸ ਸਮੇਂ ਦੇ, ਉਹ ਮੇਰੇ ਵੱਲ ਉਹਨਾਂ ਨੂੰ ਫਾਰਵਰਡ ਕਰਤਾ ਕਿ DC ਸਾਹਿਬ ਨੇ ਉਹ ਰੇਟ ਕਮੇਟੀ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ, DC ਸਾਹਿਬ ਦੇ ਚੇਅਰਮੈਨ DRO ਜਿਹੜਾ ਮੀਟਿੰਗ ਕਨਵੀਨ ਕਰਾਉਂਦਾ ਵੇ, ਡਿਸਟ੍ਰਿਕਟ ਰੈਵਨਿਊ ਅਫਸਰ ਜਿਹੜਾ ਸਾਰੇ ਇਸ ਕੰਮ ਨੂੰ ਕੰਟਰੋਲ ਕਰਦਾ ਵੇ ਕੁਲੈਕਟਰ ਰੇਟਾਂ ਨੂੰ, ਉਹ ਡਿਸਟ੍ਰਿਕਟ ਰੈਵਨਿਊ ਅਫਸਰ ਦੇ ਮੈਂਬਰ ਸੈਕਟਰੀ ਹੁੰਦੇ ਨੇ, ਮੀਟਿੰਗ ਕਨਵੀਨ ਹੋ ਕੇ ਅਤੇ ਦੈਨ ਉਹ ਰੇਟ ਅਪਰੂਵ ਹੋ ਜਾਂਦੇ ਨੇ, ਉਹ ਜੋ ਕਿ ਸਾਡੇ ਪਿਛਲੇ ਸਮੇਂ ਦੇ ਵਿੱਚ ਹੋ ਗਏ ਜਿਹੜੇ DC ਸਾਹਿਬ ਦੇ ਆਰਡਰ ਅਨੁਸਾਰ। ਹੁਣ ਕੁਛ ਇੱਕ ਪ੍ਰੋਪਰਟੀ ਡੀਲਰ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਜੀ ਰੇਟ ਜਿਹੜੇ ਕੁਲੈਕਟਡ ਕੰਪੈਰਟਿਵਲੀ ਮਾਰਕੀਟ ਰੇਟ ਤੋਂ ਜ਼ਿਆਦਾ ਨੇ। ਵੈਸੇ ਤਾਂ ਜਿਹੜੇ ਕੁਲੈਕਟਡ ਮਾਰਕੀਟ ਰੇਟ ਦੇ ਬਰਾਬਰ ਹੋਣੇ ਚਾਹੀਦੇ, ਚਲੋ ਜੇ ਕਿਤੇ ਜ਼ਿਆਦਾ ਹੈਗੇ ਨੇ, ਜੇ ਕਿਤੇ ਇੱਦਾਂ ਦੀ ਗੱਲ ਹੈਗੀ ਧਿਆਨ ਦੇ ਵਿੱਚ ਆਇਆ ਇਹਨਾਂ ਨੇ ਦੱਸਿਆ, ਉਹ ਇਹਨਾਂ ਦਾ ਮੰਗ ਪੱਤਰ ਮੈਂ ਤਹਿਸੀਲਦਾਰ ਮੈਡਮ ਨੂੰ ਭੇਜ ਦਿੱਤਾ ਹੋਇਆ।
ਹੋਇਆ ਕਿ ਉਹਨੂੰ ਰਿਵਿਊ ਕੀਤਾ ਜਾਵੇ ਜੇ ਕਿਤੇ ਜ਼ਿਆਦਾ ਕਿਸੇ ਦੇ ਰੇਟ ਹੈਗੇ ਨੇ ਜਿਸ ਏਰੀਏ ਦੇ ਮਾਰਕੀਟ ਰੇਟ ਨਾਲੋਂ ਜ਼ਿਆਦਾ ਨੇ ਅਤੇ ਉਹਨੂੰ ਰਿਵਿਊ ਕਰ ਲਿਆ ਜਾਵੇ। ਤਹਿਸੀਲਦਾਰ ਸਾਹਿਬ ਨੇ ਪਟਵਾਰੀ ਨਗਰ ਪਟਵਾਰੀਆਂ ਵੱਲੋਂ ਕਿਤੇ ਇਸ ਗੱਲ 'ਤੇ ਕੋਈ ਆਨਾਕਾਨੀ ਕੀਤੀ ਗਈ, ਉਹਨਾਂ ਨੇ ਅਸਮਰਥ ਪ੍ਰਗਟ ਕੀਤੀ, ਜਿਹਦੇ ਬਾਰੇ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਪੁਜੀਸ਼ਨ ਸਾਰੀ ਉਹਨਾਂ ਦੇ ਧਿਆਨ ਦੇ ਵਿੱਚ ਲੈਣ ਦੀ ਅਤੇ ਇਹ ਡੀਲਰ ਐਸੋਸੀਏਸ਼ਨ ਦੇ ਧਿਆਨ ਦੇ ਵਿੱਚ ਲਿਆਉਂਦੀ ਕਿ ਵੀ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਹੈ। ਚਲੋ ਡੀ ਸੀ ਸਾਹਿਬ ਨੇ ਇੱਕ ਇਨੀਸ਼ੀਏਟ ਲਿਆ ਸਰ ਲੁਧਿਆਣੇ ਤੋਂ ਰਹਿ ਕੇ ਨੇ, ਉਹਨਾਂ ਨੇ ਕਿਹਾ ਜਿੱਥੇ ਕਿਤੇ ਆਪਾਂ ਵੈਲੂਟਰ ਲਾ ਲੈਂਦੇ ਹਾਂ ਸਰਕਾਰ ਦੇ ਤੌਰ ਤੋਂ ਜਾਂ ਲੀਡ ਬੈਂਕ ਜਿਹੜੇ ਬੈਂਕਿੰਗ ਮੈਨੇਜਰ ਹੁੰਦੇ ਨੇ ਲੀਡ ਡਿਸਟ੍ਰਿਕਟ ਮੈਨੇਜਰ ਲੀਡ ਬੈਂਕਿੰਗ ਮੈਨੇਜਰ ਜਿਹੜਾ ਹੈਗਾ ਵੇ ਉਹ ਜਦੋਂ ਵੀ ਕਿਤੇ ਪਾਸੇ ਇਲਾਕੇ ਦੇ ਵਿੱਚ ਪ੍ਰੋਪਰਟੀ ਸੇਲ ਪਰਚੇਜ਼ ਹੁੰਦੀ ਹੈ, ਉਹਨਾਂ ਦਾ ਬੈਂਕ ਦਾ ਨੁਮਾਇੰਦਾ ਪ੍ਰੋਪਰਟੀ ਵੈਲੂਟ ਕਰਕੇ ਤਾਂ ਉਸ ਬੇਸ 'ਤੇ ਹੀ ਲੋਨ ਮਿਲਦਾ ਵੇ। ਸਰ ਨੇ ਕਿਹਾ ਵੀ ਅਸੀਂ ਉੱਥੋਂ ਵੈਲੂਟ ਕਰਾ ਰਹੇ ਹਾਂ ਔਰ ਸਰ ਨੇ ਆਪਣੇ ਪੱਧਰ 'ਤੇ ਡੀ ਸੀ ਸਾਹਿਬ ਨੇ ਲੀਡ ਬੈਂਕਿੰਗ ਮੈਨੇਜਰ ਨੂੰ ਫੋਨ ਕਰਕੇ ਉਹਨਾਂ ਕੋਲ ਜੋ ਵੀ ਡਰੈਕਸ਼ਨ ਤੇ ਉਹ ਮੇਰੇ ਸਾਹਮਣੇ ਨੀਤੀਆਂ ਮੇਰੇ ਤੋਂ ਬਾਅਦ ਦਿੱਤੀਆਂ, ਜੋ ਵੀ ਉਹਨਾਂ ਡਰੈਕਸ਼ਨ ਜੋ ਵੀ ਉੱਧਰੋਂ ਕੋਈ ਆਉਂਦਾ ਵੇ ਸਾਨੂੰ ਰਿਪੋਰਟ ਆਉਂਦੀ ਹੈ ਐਲ ਬੀ ਐਮ ਤੋਂ ਅਤੇ ਉਹ ਤਹਿਸੀਲਦਾਰ ਨੂੰ ਭੇਜ ਦਿੱਤੀ ਜਾਏਗੀ ਅਤੇ ਉਸ ਹਿਸਾਬ ਨਾਲ ਰੇਟਾਂ ਨੂੰ ਜਿਹੜਾ ਰਿਵਿਊ ਕਰਨਾ ਜੇ ਕਿਤੇ ਜ਼ਿਆਦਾ ਹੋਏਗਾ ਡੈਫੀਨੇਟਲੀ ਘਟੇਗਾ। ਪਰ ਇਸ ਪ੍ਰੋਸੈਸ ਨੂੰ ਥੋੜ੍ਹਾ ਟਾਈਮ ਦਾ ਹੁਣ ਜਿਹੜੇ ਡੀਲਰ ਭਰਾ ਨੇ ਉਹ ਕਹਿੰਦੇ ਨੇ ਵੀ ਸਾਡਾ ਠੀਕ ਹੈ ਮੈਂ ਕੋਈ ਦੋ ਰਾਏ ਨਹੀਂ ਮੈਂ ਹਫ਼ਤੇ ਦਾ ਦਿਨ ਸਮਾਂ ਲਿਆ ਸੀਗਾ ਪਰ ਹੁਣ ਇਸ ਐਕਚੁਅਲੀ ਜਿਹੜਾ ਲਿਆ ਸੀ ਉਹ ਸੀਗਾ ਸਾਡੇ ਤਹਿਸੀਲਦਾਰ ਲੈਵਲ ਤੋਂ ਹੀ ਮੈਨੂੰ ਰਿਵਿਊ ਹੋ ਕੇ ਆ ਜਾਏਗਾ ਅਤੇ ਆਪਾਂ ਉਹਨੂੰ ਲਾਗੂ ਕਰਾ ਦਿੱਤਾ ਜਾਏਗਾ ਡੀ ਸੀ ਸਾਹਿਬ ਨੂੰ ਭੇਜ ਦਿੱਤਾ ਜਾਏਗਾ। ਪਰ ਉੱਥੋਂ ਉਸ ਚੈਨ ਸੋਰਸ ਤੋਂ ਸਾਡੀ ਰਿਪੋਰਟ ਜਿਹੜੀ ਹਾਲੇ ਕੋਈ ਲਾਹੇਵੰਦ ਨਹੀਂ ਆਈ ਜਿਹੜੀ ਕਿ ਆਪਾਂ ਨੂੰ ਰਿਵਿਊ ਕੀਤਾ ਜਾ ਸਕੇ। ਦੈਨ ਡੀ ਸੀ ਸਾਹਿਬ ਨੇ ਇੱਕ ਨੈਕਸਟ ਜਿਹੜਾ ਚੈਨਲ ਹੈਗਾ ਵੇ ਜਿਹੜਾ ਬੈਂਕਿੰਗ ਦਾ ਉੱਥੋਂ ਰਿਪੋਰਟ ਲੈਣ ਲਈ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਹੋਈ ਹੈ, ਹੋ ਸਕਦਾ ਦੋ ਦਿਨ ਤਿੰਨ ਦਿਨ ਚਾਰ ਦਿਨ ਮੈਂ ਵੀ ਇਹਨੂੰ ਫੋਲੋਅਪ ਕਰਾਂਗਾ। ਜਦੋਂ ਵੀ ਕਿਤੇ ਉੱਥੋਂ ਰਿਪੋਰਟ ਆ ਜਾਂਦੀ ਹੈ ਉਹ ਅਸੀਂ ਮਾਨਯੋਗ ਡੀ ਸੀ ਸਾਹਿਬ ਨੂੰ ਜਿਹੜੇ ਭੇਜ ਕੇ ਅਤੇ ਜੋ ਵੀ ਇਹਦੇ 'ਚ ਘਟਾਉਣਾ ਹੋਵੇ ਜਿੱਥੇ ਕਿਤੇ ਗੁੰਜਾਇਸ਼ ਹੋਈ ਘਟਾਉਣ ਦੀ ਉੱਥੇ ਡੈਫੀਨੇਟਲੀ ਘਟਾਵਾਂਗੇ, ਉਹ ਵਚਨਬੱਧ ਘਟਾਉਣ ਦੇ ਪ੍ਰਪੋਜ਼ ਕਰਨ ਦੇ, ਇਨਫੈਕਟ ਮੇਰੇ ਵੱਲੋਂ ਘਟਣਾ ਤਾਂ ਨਹੀਂ ਤਹਿਸੀਲਦਾਰ ਸਾਹਿਬ ਨੇ ਪ੍ਰਪੋਜ਼ ਕਰਨਾ ਵੇ ਦੈਨ ਮੈਂ ਉਹਨੂੰ ਅੱਗੇ ਫਾਰਵਰਡ ਕਰ ਦੇਣਾ ਵੇ। ਪਰ ਜਦੋਂ ਤੁਸੀਂ ਕਹਿੰਦੇ ਅਨਫੋਰਚੁਨੇਟਲੀ ਜਿਹੜਾ ਸਾਰਾ ਗਾ ਭਾਂਡਾ ਹੈ ਉਹ ਤਹਿਸੀਲਦਾਰ ਦੇ ਤਹਿਸੀਲਦਾਰ ਸਾਹਿਬ ਨੇ ਰਿਵਿਊ ਕਰ ਐਗਜ਼ਾਮਿਨ ਕਰਨਾ ਵੇ, ਐਗਜ਼ਾਮਿਨ ਕਰ ਰੇਟ ਪ੍ਰਪੋਜ਼ ਕਰਨੇ, ਮੈਂ ਸਿਰਫ ਫਾਰਵਰਡ ਕਰਨਾ, ਡੀ ਸਾਹਿਬ ਨੇ ਘਟਾਉਣੇ ਜਾਂ ਵਧਾਉਣੇ ਹੁੰਦੇ ਨੇ ਅਤੇ ਤੁਸੀਂ ਇਹਨਾਂ ਨੇ ਆਪਣੇ ਡੀਲਰ ਭਰਾ ਨੂੰ ਦੱਸ ਵੀ ਤਾ ਪਰ ਆਉਣ ਪਤਾ ਨਹੀਂ ਕਿਉਂ ਧਰਨਾ ਜਦੋਂ ਵੀ SDM ਦਫ਼ਤਰ SDM ਸਾਹਿਬ ਨੇ ਰੇਟ ਘਟਾਉਂਦੇ। ਹੁਣ SDM ਸਾਹਿਬ ਦਾ ਇਹ 'ਚ ਕੋਈ ਇੰਨਾ ਜ਼ਿਆਦਾ ਵੱਡਾ ਰੋਲ ਨਹੀਂ ਹੁੰਦਾ, ਇਲਾਕੇ ਦੇ ਕੁਲੈਕਟਰ ਜਦੋਂ ਵੀ ਘਟਦੇ ਵੱਧਦੇ ਨੇ ਜੋ ਵੀ ਮਾਰਕੀਟ ਰੇਟ ਹੁੰਦਾ ਉਹਨੂੰ ਧਿਆਨ 'ਚ ਰੱਖਦੇ ਹੋਏ ਤਹਿਸੀਲਦਾਰ ਵੱਲੋਂ ਪੁੱਟ ਅਪ ਕੀਤੇ ਜਾਂਦੇ ਨੇ ਪਟਵਾਰੀਆਂ ਦੀ ਹੈਲਪ ਨਾਲ, SDM ਵੱਲੋਂ ਸਿਰਫ ਫਾਰਵਰਡ ਕੀਤੇ ਨੇ, DRO ਉਸ ਮੀਟਿੰਗ ਦਾ ਕਨਵੀਨਰ ਹੁੰਦਾ ਅਤੇ ਦੈਨ DC ਸਾਹਿਬ ਰੇਟ ਉਹ ਜਿਹੜੇ ਘਟਾਉਂਦੇ ਅਤੇ ਵਧਾਉਂਦੇ ਨੇ। ਇਹ ਜਿਹੜਾ ਹੈ ਪ੍ਰੋਸੈਸ ਹੈ। ਚਲੋ ਮੈਂ ਤੁਹਾਡੇ ਮਾਧਿਅਮ ਨਾਲ ਵੀ ਆਪਣੇ ਜਿਹੜੇ ਡੀਲਰ ਭਰਾ ਵੀ ਉਹਨਾਂ ਨੂੰ ਬੇਨਤੀ ਕਰਦਾ ਵਾਂ ਉਹ ਮਾਨਯੋਗ ਡੀਸਾ ਨੂੰ ਮਿਲੇ ਵੀ ਹੈ ਅਤੇ ਮੈਂ ਦੱਸ ਵੀ ਦਿੱਤਾ ਸੀ ਜੋ ਪੁਜੀਸ਼ਨ ਸੀ ਵੀ LDM ਨੂੰ ਇਹ ਗਿਆ ਹੋਇਆ ਮੈਟਰ, ਅਤੇ ਜਦੋਂ ਵੀ LDM ਸਾਹਿਬ ਕੋਲ ਅੱਜ ਕੱਲ੍ਹ 'ਚ ਰਿਪੋਰਟ ਆਉਂਦੀ ਮੈਂ ਅੱਜ ਫਾਲੋਅਪ ਵੀ ਕਰ ਲਵਾਂਗਾ ਅਤੇ ਉਸ ਅਨੁਸਾਰ ਆਪਾਂ ਕਰ ਦੇਵਾਂਗੇ।